ਤੰਗ ਆ ਨਾ, ਹਾਂ ਇਸ ਕਰਕੇ ਅਸੀਂ ਤੁਹਾਨੂੰ ਵੋਟਾਂ ਪਾਉਣੀਆਂ ਵੀ ਆ ਤੇ ਪਵਾਉਣੀਆਂ ਵੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਵਨੀਤ ਸਿੰਘ ਚੰਮਾ, ਤੁਸੀਂ ਵੇਖ ਰਹੇ GBC ਅਪਡੇਟ। ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਹੁਸ਼ਿਆਰਪੁਰ ਸ਼ਹਿਰ ਦੇ ਸੈਸ਼ਨ ਚੌਕ ਦੀਆਂ ਹਨ, ਜਿੱਥੇ ਗਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸਤਰੀ ਮਹਿਲਾ ਵਿੰਗ ਵੱਲੋਂ ਆਪਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਦਾਰ ਸਿੰਘ ਠੰਡਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ। ਡੋਰ ਟੂ ਡੋਰ ਜਾ ਕੇ ਵੋਟ ਵੀ ਮੰਗੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਆਪਣੀਆਂ ਜੋ ਸਕੀਮਾਂ ਨੇ ਉਸ ਬਾਰੇ ਵੀ ਦੱਸਿਆ ਜਾ ਰਿਹਾ। ਇਸ ਸੰਬੰਧੀ ਅਸੀਂ ਗੱਲਬਾਤ ਵੀ ਕਰਾਂਗੇ। ਹਾਂਜੀ, ਮੈਂ ਕਿਵੇਂ ਦੇਰ ਅੱਜ ਪ੍ਰਚਾਰ ਕਰ ਰਹੇ ਹੋ, ਵੱਖ ਵੱਖ ਡੋਰ ਟੂ ਡੋਰ ਜਾ ਕੇ ਤਾਂ ਵੋਟਾਂ ਦੀ ਵੀ ਅਪੀਲ ਕਰ ਰਹੇ ਹੋ ਪਬਲਿਕ? ਬਹੁਤ ਵਧੀਆ ਲੱਗਦਾ ਕਿਉਂਕਿ ਸਾਨੂੰ ਬਹੁਤ ਭਰਵਾਂ ਹੰਗਾਰਾ ਮਿਲ ਰਿਹਾ ਕਿ ਸਰਦਾਰ ਸੋਹਣ ਸਿੰਘ ਠੰਡਲ ਹੀ ਜਿੱਤਣਗੇ। ਇਹੀ ਸਾਨੂੰ ਉਮੀਦ ਆ ਆਪਣੇ ਵੋਟਰਾਂ ਤੋਂ, ਇਹੀ ਉਮੀਦ ਆ ਕਿ ਸਰਦਾਰ ਸੋਹਣ ਸਿੰਘ ਠੰਡਲ ਨੂੰ ਭਾਰੀ ਬਹੁਮਤ ਜਿਤਾ ਕੇ ਉਹ ਲੋਕ ਸਭਾ ਵਿੱਚ ਭੇਜਣਗੇ। ਪਹਿਲਾਂ ਵੀ ਇੱਕ ਵਾਰੀ ਮੰਤਰੀ ਰਹਿ ਚੁੱਕੇ ਨੇ, ਦੁਬਾਰਾ ਫਿਰ ਉਮੀਦ ਹੈ ਕਿ ਕੇਂਦਰ ਵਿੱਚ ਆ ਕੇ ਤਾਂ ਕੋਈ ਅਹੁਦਾ ਮਿਲੇਗਾ? ਬਿਲਕੁਲ ਜੀ, ਜ਼ਰੂਰ। ਹਾਂਜੀ, ਜ਼ਰੂਰ ਅਹੁਦਾ ਮਿਲੇਗਾ ਜੀ। ਮੈਡਮ, ਅੱਜ ਪਰਿਵਾਰ ਨਾਲ ਤੁਸੀਂ ਵੋਟਾਂ ਮੰਗਣ ਆਏ ਹੋ ਅਤੇ ਕਿਵੇਂ ਦੇਖਦੇ ਹੋ, ਕਿੱਦਾਂ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ? ਸਾਨੂੰ ਬਹੁਤ ਵਧੀਆ ਲੱਗਾ ਆ, ਪਹਿਲੀ ਵਾਰੀ ਅਸੀਂ ਹੁਸ਼ਿਆਰਪੁਰ ਦੇ ਵਿੱਚ, ਪਹਿਲਾਂ ਵੀ ਆ ਚੁੱਕੇ ਹਾਂ ਬਟ ਪਹਿਲਾਂ ਅਸੀਂ ਇੱਦਾਂ ਬਾਜ਼ਾਰ 'ਚ ਨਹੀਂ ਆਏ ਹੈਗੇ। ਅਸੀਂ ਇੰਨੀ ਜ਼ਿਆਦਾ ਗਿਣਤੀ ਵਿੱਚ ਲੇਡੀਜ਼ ਦੀ ਇੰਨੀ ਸਪੋਰਟ ਦੇਖ ਕੇ ਬਹੁਤ ਸਾਨੂੰ ਖੁਸ਼ੀ ਹੋਈ ਹੈ ਇਸ ਗੱਲ ਦੀ। ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਡੀ ਹਾਰ ਤੋਂ ਬਾਅਦ ਕਿਵੇਂ ਲੱਗਦਾ ਕਿ ਲੋਕ ਹੁਣ ਅਕਾਲੀ ਦਲ ਨੂੰ ਚੁਣਨਗੇ, ਅਕਾਲੀ ਦਲ ਦੀ ਸਰਕਾਰ ਬਣਾਉਣਗੇ? ਹਾਂਜੀ, ਬਣਾਉਣਗੇ ਬਿਲਕੁਲ। ਸਾਨੂੰ ਪਿੰਡਾਂ ਵਿੱਚੋਂ ਬਹੁਤ ਹੰਗਾਰਾ ਮਿਲ ਲਿਆ ਆ, ਲੋਕ ਆਮ ਆਦਮੀ ਪਾਰਟੀ ਤੋਂ ਬਹੁਤ ਨਾਰਾਜ਼ ਆ, ਉਹ ਕਹਿੰਦੇ ਅਸੀਂ ਇੱਕ ਵਾਰ ਗਲਤੀ ਕਰ ਚੁੱਕੇ ਹਾਂ ਹੁਣ ਨਹੀਂ ਕਰਨੀ। ਪਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਵਿਕਾਸ ਦੇ ਨਾਂ 'ਤੇ ਵੱਡੀ ਵੱਡੀ ਗੱਲਾਂ ਵੀ ਕੀਤੀਆਂ ਜਾਂਦੀਆਂ, ਵਿਕਾਸ ਕਹਿੰਦੇ ਬਹੁਤ ਜ਼ਿਆਦਾ ਕੀਤਾ, ਮੁਹੱਲਾ ਕਲੀਨਿਕਾਂ ਖੁੱਲੀਆਂ ਗਈਆਂ ਨੇ, ਹੋਰ ਇੱਦਾਂ ਦੇ ਕਈ ਉਪਰਾਲੇ ਕੀਤੇ। ਉਹ ਤਾਂ ਉਹਨੀ ਕਹਿਣਾ ਹੀ ਆ, ਕੋਈ ਮੁਹੱਲਾ ਕਲੀਨਿਕ ਨਹੀਂ ਖੋਲ੍ਹਿਆ ਗਿਆ, ਪੁਰਾਣੀਆਂ ਬਿਲਡਿੰਗਾਂ ਨੂੰ ਸਿਰਫ ਇੱਕ ਪੇਂਟ ਕਰਕੇ ਉਹਨਾਂ ਨੂੰ ਹੀ ਸੁਵਿਧਾ ਕੇਂਦਰਾਂ ਨੂੰ ਹੀ ਉਹਨੀ ਪੇਂਟ ਕਰਕੇ ਉਹੀ ਦੁਬਾਰਾ ਰੀਓਪਨ ਕਰ ਦਿੱਤੀਆਂ, ਜਿਹਨੂੰ ਉਹਨੀ ਮੁਹੱਲਾ ਕਲੀਨਿਕ ਕਹਿਤਾ। ਉੱਥੇ ਕੋਈ ਮੈਡੀਸਨ ਨਹੀਂ, ਕੋਈ ਡਾਕਟਰ ਨਹੀਂ, ਅਸੀਂ ਖੁਦ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਖੁਦ ਦੇਖ ਚੁੱਕੇ ਹਾਂ, ਉੱਥੇ ਕੋਈ ਮੈਡੀਸਨ ਨਹੀਂ, ਕੋਈ ਡਾਕਟਰ ਨਹੀਂ ਹੈਗਾ। ਪਾਲਦੀ ਦਾ ਆਲਰੇਡੀ ਪਹਿਲਾਂ ਹੀ ਹੋਸਪਿਟਲ ਆ, ਉਹਦੇ ਉੱਤੇ ਉਹਨਾਂ ਨੇ ਲਿਖ ਦਿੱਤਾ ਆਮ ਆਦਮੀ ਕਲੀਨਿਕ, ਉਹਦਾ ਆਲਰੇਡੀ ਪਹਿਲਾਂ ਚੱਲ ਰਿਹਾ ਆ, ਤਾਂ ਹੋਸਪਿਟਲ ਆ, ਉਹ ਤਾਂ ਪਹਿਲਾਂ ਹੀ ਚੱਲਦਾ ਆ। ਇਹ ਸਾਰਾ ਝੂਠ ਇਹਨਾਂ ਦਾ, ਸਾਰਾ ਝੂਠ ਦੇ ਪਲੰਦੇ ਆ ਇਹ ਜਿਹੜੀ ਭੰਡਾਂ ਦੀ ਸਰਕਾਰ ਆ, ਕੋਈ ਇਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇ ਰਿਹਾ। ਕੀ ਅਪੀਲ ਕਰਨਾ ਚਾਹੁੰਦੇ ਹੋ ਪਬਲਿਕ ਨੂੰ? ਅਪੀਲ ਪਬਲਿਕ ਨੂੰ ਇਹੀ ਆ ਕਿ ਸਾਡਾ ਪੰਜਾਬ ਬਹੁਤ ਪਿੱਛੇ ਜਾ ਚੁੱਕਾ ਆ, ਇਹ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਕਰਜ਼ਾ ਚੜ੍ਹਾਤਾ ਆ, ਬਹੁਤ ਪੰਜਾਬ ਪਿੱਛੇ ਜਾ ਚੁੱਕਾ ਹੈ। ਅਗਰ ਇਹ ਚਾਹੁੰਦੇ ਆ ਕਿ ਦੁਬਾਰਾ ਵਿਕਾਸ ਹੋਣ, ਹੁਣ ਤੱਕ ਜਿੰਨੇ ਵੀ ਵਿਕਾਸ ਹੋਏ ਆ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤੇ ਆ, ਅਤੇ ਸਾਡੀ ਜਨਤਾ ਨੂੰ ਇਹੀ ਅਪੀਲ ਵਾ ਕਿ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਬਣਾਓ, ਪਾਰਲੀਮੈਂਟ ਵਿੱਚ ਭੇਜੋ, ਤਾਂ ਕਿ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਵਿਕਾਸ ਵੀ ਹੋ ਸਕਣ। ਥੈਂਕ ਯੂ ਜੀ। ਜੀ ਮੈਡਮ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਰਿਹਾ, ਡੋਰ ਟੂ ਡੋਰ ਜਾ ਕੇ ਵੋਟਾਂ ਵੀ ਮੰਗੀਆਂ ਜਾ ਰਹੀਆਂ ਨੇ, ਕਿਵੇਂ ਦੇਖਦੇ ਹੋ ਜੀ? ਬਿਲਕੁਲ ਜੀ, ਲੋਕਤੰਤਰ ਹੈ, ਸਭ ਨੂੰ ਆਪਣੀ ਆਪਣੀ ਵੋਟ ਮੰਗਣ ਦਾ ਅਧਿਕਾਰ ਹੈ, ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ 'ਤੇ ਮੋਹਰ ਲਾਉਣ ਲਈ ਅਪੀਲ ਕਰਨ ਆਏ ਹਾਂ। ਕਿਵੇਂ ਦੇਖਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਾਰਟੀ ਦਾ ਜਿਹੜਾ MC ਦੀਆਂ ਇਲੈਕਸ਼ਨ ਵੀ ਹੋਈਆਂ ਸੀ, ਉਹਦੇ ਵਿੱਚ ਵੀ ਹੁਸ਼ਿਆਰਪੁਰ ਤੋਂ MC ਦੀ ਕੋਈ ਸੀਟ ਨਹੀਂ ਜਿੱਤ ਸਕੀ ਸ਼੍ਰੋਮਣੀ ਅਕਾਲੀ ਦਲ, ਕਿਵੇਂ ਦੇਖਦੇ ਹੋ ਕਿ MP ਦੀ ਜਿਹੜੀ ਇਲੈਕਸ਼ਨ ਹੈ ਇਸ ਵਿੱਚ ਕਿੰਨੀਆਂ ਕੁ ਵੋਟ ਹਾਸਲ ਹੋਏਗੀ, ਜਨਤਾ ਦਾ ਸਮਰਥਨ ਕਿੰਨਾ ਕੁ ਹੋ ਸਕਦਾ?
ਦੇਖੋ ਜੀ, ਪਹਿਲੀ ਵਾਰੀ ਲੜਨ ਜਾ ਰਹੀ ਹੈ ਇੰਡੀਪੈਂਡੈਂਟ। ਮੈਂ ਤੁਹਾਨੂੰ ਦੱਸਾਂ ਸਹੀ ਗੱਲ ਕਿ ਇੰਡੀਪੈਂਡੈਂਟਲੀ ਪਹਿਲੀ ਵਾਰੀ ਅਸੀਂ ਇਹ ਜਿਹੜਾ ਚੁਣਾਵ ਹੈਗਾ ਇਹ ਲੜਨ ਜਾ ਰਹੇ ਹਾਂ, ਔਰ ਅਸੀਂ ਪੂਰੇ ਜ਼ੋਰ ਸ਼ੋਰ ਦੇ ਨਾਲ ਤਿਆਰੀ ਇਸ ਵਾਰ ਕੀਤੀ ਹੈ। ਉਸ ਜਿਹੜੀ ਤੁਸੀਂ ਲਾਸਟ ਟਾਈਮ ਦੇ ਇਲੈਕਸ਼ਨ ਦੀ ਗੱਲ ਕਰ ਰਹੇ ਹੋ, ਉਦੋਂ ਸਾਡੀ ਤਿਆਰੀ ਪੂਰੀ ਤਰ੍ਹਾਂ ਨਹੀਂ ਸੀ ਹੋ ਪਾਈ ਇੰਡੀਪੈਂਡੈਂਟ ਲੜਨ ਦੀ, ਇਸ ਕਰਕੇ ਤੁਸੀਂ ਥੋੜ੍ਹਾ ਲੂਜ਼ ਕਰ ਗਏ ਹੋਵਾਂਗੇ, ਪਰ ਹੁਣ ਅਸੀਂ ਪੂਰੇ ਤਿਆਰ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਜਨਤਾ ਸਾਨੂੰ ਸਮਰਥਨ ਜ਼ਰੂਰ ਦੇਵੇਗੀ ਔਰ ਅਸੀਂ ਜਿੱਤੇ ਹੀ ਪਏ ਹਾਂ। ਹਾਂਜੀ, ਡਾਕਟਰ ਲਖਵਿੰਦਰ ਕੌਰ ਅਤੇ ਮੈਂ ਸਰਕਲ ਪ੍ਰਧਾਨ ਹਾਂ ਚੱਬੇਵਾਲ ਦੀ, ਅਤੇ ਹੁਣ ਮੈਨੂੰ ਇਹਨਾਂ ਨੇ ਇੰਚਾਰਜ ਲਾਇਆ ਚੱਬੇਵਾਲ ਦੀ, ਇਸਤਰੀ ਅਕਾਲੀ ਦਲ ਦੀ, ਅਤੇ ਬਹੁਤ ਵਧੀਆ ਆ ਜਿਹੜਾ ਲੋਕਾਂ ਦੇ ਮਤਲਬ ਦੱਸ ਰਹੇ ਆ ਕਿ ਹਾਂ ਵਧੀਆ ਵਿਊ ਆ ਸਾਰਿਆਂ ਦੇ। ਜਿੱਤੂਗੇ ਠਿੰਡਲ ਸਾਹਿਬ, ਪਹਿਲੀ ਵਾਰੀ ਐੱਮ ਪੀ ਦੀ ਚੋਣ ਲੜ ਰਹੇ ਆ, ਪਹਿਲਾਂ ਐੱਮ ਐੱਲ ਏ ਦੀ 4 ਵਾਰ ਜਿੱਤੇ ਆ, ਬਹੁਤ ਵਿਕਾਸ ਕੀਤਾ ਆ, ਬਹੁਤ ਕੰਮ ਕੀਤੇ ਉਹਨਾਂ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਵੇਲੇ ਜਿਹੜੇ ਕੰਮ ਹੋਏ ਆ ਉਸ ਤੋਂ ਬਾਅਦ ਤਾਂ ਕੋਈ ਕੰਮ ਹੋਇਆ ਹੀ ਨਹੀਂ। ਜੋ ਕੰਮ ਹੋਏ ਆ, ਚਾਹੇ ਫਲਾਈਓਵਰ ਬਣੇ ਆ, ਚਾਹੇ ਯਾਦਗਾਰਾਂ ਬਣੀਆਂ ਆ, ਕੁਛ ਵੀ ਆ, ਚਾਹੇ ਕਨੈਕਸ਼ਨ ਮਿਲੇ ਆ, ਸਿਰਫ ਅਕਾਲੀ ਦਲ ਵੇਲੇ ਹੀ ਮਿਲੇ ਆ। ਹੁਣ ਇਸ ਵਾਰ ਜਿੱਦਾਂ ਇਕੱਲੇ ਲੜ ਰਹੇ ਆ ਇਲੈਕਸ਼ਨ, ਅਤੇ ਦੇਖੋ, ਪਰ ਪੂਰੀ ਉਮੀਦ ਆ ਸਾਨੂੰ। ਹਾਂਜੀ, ਲੋਕਾਂ ਦਾ ਜਿਹੜਾ ਭਰਮਾ ਹੁੰਗਾਰਾ ਮਿਲ ਰਿਹਾ ਆ, ਸਾਰੇ ਹੰਬੜਾ ਮਾਰ ਰਹੇ ਆ। ਹਾਂਜੀ,